ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਓ ਅਰੰਗ ਪੰਜਾਬ ਦੇ YouTube ਚੈਨਲ ਤੋਂ। ਅੱਜ ਅਸੀਂ ਪੁੱਜੇ ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਘਰਾਚੋਂ ਦੇ ਵਿੱਚ, ਜਿਸ ਨਗਰ ਦੇ ਇੱਕ ਉਹ ਮਹਾਨ ਖਿਡਾਰੀ ਹੋਏ ਨੇ ਜਿਨ੍ਹਾਂ ਨੇ ਲੰਬਾ ਸਮਾਂ ਖੇਡ ਗਰਾਊਂਡਾਂ ਦੇ ਵਿੱਚ ਨਾਂ ਗੂੰਜਿਆ। ਜਦੋਂ ਮੈਂ ਘਰਾਚੋਂ ਦਾ ਨਾਮ ਲਿਆ, ਮੇਰਾ ਖਿਆਲ ਵੀ ਸਾਰਿਆਂ ਦੀ ਯਾਦ ਆ ਹੀ ਗਿਆ ਹੋਣਾ ਮੈਂ ਕਿਸ ਫਰਕਾਰ ਦੀ ਕਬੱਡੀ ਦੀ ਗੱਲ ਕਰਨੀ ਹੈ, ਕਿਉਂਕਿ 20-22 ਸਾਲ ਜਿਨ੍ਹਾਂ ਦਾ ਸਿੱਕਾ ਚੱਲਿਆ ਖੇਡ ਗਰਾਊਂਡਾਂ ਦੇ ਵਿੱਚ, ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਨੇ। ਅੱਜ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਉਹ ਕੌਣ ਨੇ? ਉਹ ਸੋਮਾ ਘਰਾਚੋਂ ਜੀ। ਆਓ ਕਰਦੇ ਆਪਾਂ ਉਹਨਾਂ ਨਾਲ ਗੱਲਬਾਤ। ਰੰਗ ਪੰਜਾਬ ਦੇ YouTube ਚੈਨਲ ਵੱਲੋਂ ਸੋਮਾ ਘਰਾਚੋਂ ਜੀ ਤੁਹਾਡਾ ਸਵਾਗਤ ਹੈ ਜੀ। ਸੋ ਅੱਜ ਅਸੀਂ ਤੁਹਾਡੇ ਕੋਲ ਪੁੱਜੇ ਹਾਂ ਕਿਉਂਕਿ ਲੰਬਾ ਸਮਾਂ ਤੁਸੀਂ ਖੇਡ ਕਬੱਡੀ, ਮਾਂ ਖੇਡ ਕਬੱਡੀ ਦੀ ਸੇਵਾ ਕੀਤੀ ਹੈ, ਤੁਹਾਡਾ ਨਾਂ ਵੀ ਕਾਫੀ ਸੁਣਦੇ ਹਾਂ ਖੇਡ ਗਰਾਊਂਡਾਂ ਦੇ ਵਿੱਚ। ਸੋ ਤੁਸੀਂ, ਤੁਹਾਨੂੰ ਜਿਹੜਾ ਕਬੱਡੀ ਦਾ ਜਿਹੜਾ ਸ਼ੌਂਕ ਸੀ, ਇਹ ਕਿਵੇਂ ਲੱਗਿਆ ਸ਼ੁਰੂ ਦੇ ਬਚਪਨ ਦੇ ਵਿੱਚ, ਅਤੇ ਕਿਹਨੂੰ ਦੇਖ ਕੇ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ? ਦੇਖੋ, ਸਾਡੇ ਪਿੰਡ ਮੇਲਾ ਲੱਗਦਾ ਜੀ, ਬਹੁਤ ਵੱਡਾ ਟੂਰਨਾਮੈਂਟ ਹੁੰਦਾ, 70-75 ਟੂਰਨਾਮੈਂਟ ਹੈ ਸਾਡੇ ਪਿੰਡ ਜੀ। ਫੋਟੋਆਂ 'ਤੇ ਦੇਖ ਲੈਣਾ ਜਾਂਦਾ, ਟੂਰਨਾਮੈਂਟ ਦੇਖਣ ਜਾਂਦੇ ਹੁੰਦੇ ਜੀ। ਉੱਥੇ ਵਧੀਆ ਖਿਡਾਰੀ ਪਹੁੰਚਦੇ ਹੁੰਦੇ ਜੀ, ਜਿਵੇਂ ਲਾ ਲਓ ਜਿਹਨੂੰ ਅਸੀਂ ਦੇਖ ਕੇ ਸਿੱਖਾਂ, ਜਿਵੇਂ ਰਾਮ ਕੁਮਾਰ ਪੱਪੂ ਹੋ ਗਏ ਬਰਾੜਖੇੜੇ ਵਾਲੇ ਜੀ, ਉਹਨਾਂ ਨੂੰ ਦੇਖ ਦੇਖ ਕੇ ਅਸੀਂ ਕਬੱਡੀ ਖੇਡਣਾ ਸਿੱਖੇ ਹਾਂ। ਵੀ ਐਂ ਕਦੇ ਇਹ 'ਚ ਘੱਟ ਵੱਧ ਮਾਰਦੇ ਸੀ, ਜਿਵੇਂ ਉਹ ਅਸੀਂ ਵੀ ਉਹ ਮਾਰਦੇ ਰਹੇ ਮੰਡੀਆਂ 'ਚ, ਜਿਵੇਂ ਗਰਾਊਂਡਾਂ 'ਚ ਬਣਾਉਂਦੇ ਹੁੰਦੇ, ਖੇਤਾਂ 'ਚ ਜੀ, ਟੋਬਿਆਂ 'ਤੇ ਜੀ, ਛੱਥਾਂ 'ਚ, ਸਿਵਿਆਂ 'ਚ, ਜਿਵੇਂ ਵੀ ਗਰਾਊਂਡ ਸਾਨੂੰ ਮਿਲਦਾ ਹੁੰਦਾ। ਅਸੀਂ ਉੱਥੇ ਸਟੇਡੀਅਮ ਤਾਂ ਹੁਣ ਬਣੇ ਨੇ, ਪਹਿਲਾਂ ਤਾਂ ਸਟੇਡੀਅਮ ਆਉਂਦੇ ਨਹੀਂ ਸੀਗੇ, ਸਿਵਿਆਂ 'ਚ ਲਾਉਣਾ ਜੀ, ਜਾਂ ਸਕੂਲ 'ਚ ਥੋੜ੍ਹਾ ਮੋਟਾ ਕਿਤੇ ਹੁੰਦਾ, ਉੱਥੇ ਪ੍ਰੈਕਟਿਸ ਕਰਨੀ। ਮਤਲਬ ਤੁਸੀਂ ਛੋਟੇ ਹੁੰਦੇ ਪਿੰਡ ਦੇ ਨੇੜੇ ਜਾਂ ਪਿੰਡ ਦੇ ਵਿੱਚ ਕੋਈ ਟੂਰਨਾਮੈਂਟ ਹੁੰਦਾ, ਤੁਸੀਂ ਉਹ ਦੇਖਣ ਜਾਂਦੇ ਹੁੰਦੇ ਤੇ ਉੱਥੇ ਰਾਮ ਕੁਮਾਰ ਪੱਪੂ ਜੀ ਖੇਡਣ ਆਉਂਦੇ, ਉਹਨਾਂ ਨੂੰ ਦੇਖ ਕੇ ਤੁਹਾਨੂੰ ਸ਼ੌਂਕ ਜਾਗਦਾ? ਸਾਨੂੰ ਐਂ ਹੁੰਦਾ ਵੀ ਮੈਂ ਵੀ ਰਾਮ ਕੁਮਾਰ ਪੱਪੂ ਬਣਾ, ਰਾਮ ਕੁਮਾਰ ਪੱਪੂ ਬਣਾ, ਉਹਨੂੰ ਦੇਖ ਕੇ ਕਬੱਡੀ ਦਾ ਇਸ਼ਕ ਜਿਹੜਾ ਤੁਹਾਡੇ ਮਨ ਦੇ ਵਿੱਚ ਵੀ ਜਾ ਗਿਆ? ਮੈਂ ਪਿੰਡ 'ਚ ਵੀ ਜਦੋਂ ਪ੍ਰੈਕਟਿਸ ਕਰ ਦਿੰਦੇ ਆਪਣੇ ਆਪ ਨੂੰ, ਛੋਟਾ ਹੁੰਦਾ ਮੈਂ ਰਾਮ ਕੁਮਾਰ ਪੱਪੂ ਬਣਦਾ ਹੁੰਦਾ ਸੀ। ਰਾਮ ਕੁਮਾਰ ਆਪਦੇ ਆਪ ਨੂੰ ਫੀਲ ਕਰਦਾ ਮੈਂ ਰਾਮ ਕੁਮਾਰ ਜੀ। ਤੇ ਪਰਿਵਾਰ ਦੇ ਵਿੱਚ ਤੁਹਾਨੂੰ ਕੋਈ ਸਹਿਯੋਗ? ਸਹਿਯੋਗ ਤਾਂ ਬਸ ਠੀਕ ਸੀਗਾ, ਵਧੀਆ ਪਰਿਵਾਰ ਵੱਲੋਂ ਮਿਲਦਾ ਰਿਹਾ ਜੀ। ਹੁਣ ਕੀ ਦੱਸੀ, ਠੀਕ ਹੈ ਨਹੀਂ? ਚਲੋ ਦੱਸਣਾ ਤਾਂ ਜੋ ਵੀ ਹੈ, ਕਿਉਂਕਿ ਇੱਕ ਤਾਂ ਬਚਪਨ ਦੀਆਂ ਉਹ ਯਾਦਾਂ ਆਉਂਦੀਆਂ ਨੇ, ਇੱਕ ਉਹ ਸਮੇਂ ਇੱਦਾਂ ਦੇ ਹੁੰਦੇ ਸੀ। ਪਰਿਵਾਰ ਦੇ ਵਿੱਚ ਤੁਸੀਂ ਕਿੰਨੇ ਭੈਣ ਭਰਾ ਜੀ? ਅਸੀਂ 8 ਭਰਾ ਜੀ, ਭੈਣ ਹੈ ਨਹੀਂ ਸੀ ਸਕੀ ਕੋਈ ਜੀ। ਤੇ ਵੱਡਾ ਭਰਾ ਮੇਰਾ ਅਜਮੇਰ ਘਰਾਚੋਂ ਗੀਤਕਾਰ ਜੀ, ਗੀਤਕਾਰ ਹਾਂ ਜੀ, ਕਾਫੀ ਨਾਂ ਸੁਣਿਆ ਉਹਨਾਂ ਦਾ, ਅਜਮੇਰ ਘਰਾਚੋਂ ਜੀ, ਕਾਫੀ ਫਨਕਾਰ ਕਲਾਕਾਰ ਨੇ ਉਹਨਾਂ ਦੇ ਗੀਤ ਗਾਏ ਜੀ। ਹਾਕੀ ਦਾ ਪਲੇਅਰ ਵੀ ਬਹੁਤ ਵਧੀਆ ਸੀਗਾ ਜੀ, ਨੈਸ਼ਨਲ ਤੱਕ ਦਾ ਪਲੇਅਰ ਸੀ ਹਾਕੀ ਦਾ, ਹਾਕੀ ਮੈਂ ਵੀ ਨੈਸ਼ਨਲ ਤੱਕ ਖੇਡਿਆ ਜੀ ਜੀ। ਹਾਂ ਜੀ, ਤੇ ਅਸੀਂ ਜਿਹੜੇ ਸਾਡੇ 7 ਭਰਾ ਸੀ ਰਹਿ ਗਏ ਜੀ, 7 ਕਬੱਡੀ ਖੇਡਦੇ ਰਹੇ ਅਸੀਂ, 7 ਇੱਕ ਪਰਿਵਾਰ ਦੇ ਵਿੱਚੋਂ, ਮਤਲਬ ਕਿ 7 ਭਰਾ ਕਬੱਡੀ, 8 ਭਰਾ ਜਿਹਦੇ ਭਰਾ ਜਿਹਦੇ ਵਿੱਚੋਂ 7 ਭਰਾ ਜਿਹੜੇ ਕਬੱਡੀ, 4 ਤਾਂ ਅਸੀਂ ਇਕੱਠੀ ਖੇਡਦੇ ਰਹੇ ਹਾਂ, 3 ਵਿੱਚੋਂ ਜਿਹੜੇ ਵੱਡੇ ਤਿਉਹਾਰ ਲੱਗ ਲੱਗ ਖੇਡਦੇ ਰਹੇ ਨੇ। ਇਹ ਵੀ ਬਹੁਤ ਵੱਡੇ ਮਾਣ ਦੀ ਗੱਲ ਹੈ ਜੀ, ਕਿਉਂਕਿ ਇੱਕ ਇਹ ਵੀ ਇੱਕ ਪੁਰਾਣਾ ਇਤਿਹਾਸ ਬਣਦਾ ਹੈ। ਜਿਵੇਂ ਗੱਲ ਕਰੀਏ ਨਾ, ਅੱਜ ਜਦੋਂ 2 ਭਰਾ ਕਬੱਡੀ ਖੇਡਦੇ ਨੇ ਤਾਂ ਉੱਥੇ ਬੜਾ ਹੁੱਬ ਕੇ ਇੱਕ ਕਮੈਂਟੇਟਰ ਕਹਿੰਦੇ ਵੀ 2 ਸਕੇ ਭਾਈ ਕਬੱਡੀ ਖੇਡਦੇ ਨੇ, ਪਰ ਇਹ ਤੁਹਾਡੇ ਪਰਿਵਾਰ ਦੇ ਹਿੱਸੇ ਦੇ ਵਿੱਚ ਆਇਆ ਵੀ ਇੱਕ ਪਰਿਵਾਰ ਦੇ 7 ਮੈਂਬਰ ਜਿਹੜੇ ਕਬੱਡੀ ਖੇਡਦੇ ਜੀ। 8ਵਾਂ ਮੇਰਾ ਭਰਾ ਗੀਤਕਾਰ ਸੀ, ਗੱਲ ਨੇ ਕਬੱਡੀ ਖੇਡਦੇ, ਸਾਹਿਤਕਾਰ ਸੀ ਜੀ। ਹਾਂ ਜੀ ਹਾਂ, ਜਿਹੜਾ ਮੇਰਾ ਦਾਦਾ ਸੀਗਾ ਜੀ, ਬਹੁਤ ਕਵੀਸ਼ਰ ਤਕੜਾ ਸੀਗਾ ਜੀ, ਬਹੁਤ ਵਧੀਆ ਕਵੀਸ਼ਰ ਸੀਗਾ, ਕਰਤਾਰ ਸਿੰਘ, ਯਾਨੀ ਕਰਤਾਰ ਸਿੰਘ, ਯਾਨੀ ਕਰਤਾਰ ਸਿੰਘ ਕਵੀਸ਼ਰ ਘਰਾਚੋਂ। ਹਾਂ ਜੀ ਹਾਂ ਜੀ, ਬਹੁਤ ਪਰਿਵਾਰ ਦੇ ਵਿੱਚ ਸਾਹਿਤਕ ਮੰਨ ਕੇ ਜਿਹੜੇ ਨੇ ਤੁਹਾਡੇ ਦਾਦਾ ਜੀ, ਬਹੁਤ ਵੱਡਾ ਨਾਮ ਉਹਨਾਂ ਦਾ, ਤੇ ਭਰਾ ਅਜਮੇਰ ਸਿੰਘ ਜੀ ਘਰਾਚੋਂ, ਬਹੁਤ ਵਧੀਆ ਸਾਹਿਤਕਾਰ ਗੀਤਕਾਰ ਹੋਏ ਇਸ ਪਰਿਵਾਰ ਦੇ ਵਿੱਚ ਤੁਹਾਡੇ ਚੋਂ। ਤੇ ਆਪਣੇ ਪਿਤਾ ਜੀ ਦੇ ਨਾਮ? ਸਰਦਾਰ ਦੇਵੀਦਿਆਲ ਸਿੰਘ ਹੈ ਜੀ, ਸਰਦਾਰ ਦੇਵੀਦਿਆਲ ਸਿੰਘ ਜੀ। ਸੋ ਅੱਛਾ, ਆਪਣੀ ਗੱਲ ਆਪਾਂ ਉੱਥੇ ਲੈ ਕੇ ਆਈਏ ਵੀ ਜਦੋਂ ਤੁਸੀਂ ਕਬੱਡੀ ਖੇਡਣ ਜਾਂਦੇ ਸੀ ਛੋਟੇ ਹੁੰਦੇ, ਸਕੂਲ ਦੇ ਵਿੱਚੋਂ ਪੜ੍ਹਦੇ ਘਰੋਂ ਕਹਿ ਕੇ ਜਾਂਦੇ ਸੀ ਵੀ ਅਸੀਂ ਕਬੱਡੀ ਖੇਡਣ ਜਾਂਦੇ ਹਾਂ, ਜਾਂ ਮਤਲਬ ਕਿੱਦਾਂ ਸਪੋਰਟ ਰਹਿੰਦੀ ਸੀ ਤੁਹਾਨੂੰ ਕਰਦੀ? ਹੁਣ ਪਤਾ ਗੱਲ ਕੀ ਹੈ, ਪੁੱਛਣ ਲੱਗ ਗਏ, ਦੱਸਣਾ ਹੀ ਪਊਗਾ, ਵਾਰ ਵਾਰ ਪੁੱਛੀ ਜਾਂਦੇ ਤੁਸੀਂ। ਅਸੀਂ ਜਦੋਂ ਖੇਡਣ ਜਾਂਦੇ ਸੀ, ਪਤਾ ਗੱਲ ਕੀ ਹੈ, ਜਦੋਂ ਫੀਸ ਚੋਂ ਕੱਢਦੇ ਹੁੰਦੇ 10-20 ਪੈਸੇ, 20 ਪੈਸੇ ਜੀ, ਹਾਂ, ਜਾਂ ਜੁਰਮਾਨੇ ਚੋਂ ਕੱਢਦੇ ਸੀ, 2 ਰੁਪਏ ਬਣਾਉਂਦੇ, 15-20 ਦਿਨਾਂ ਬਾਅਦ ਟੂਰਨਾਮੈਂਟ ਹੁੰਦਾ ਸੀਗਾ, ਉਹਦਾ ਲਗਾਤਾਰ 10-10-20 ਟੂਰਨਾਮੈਂਟ, ਇੱਕ ਦਿਨ ਚ 10-10 ਹੁੰਦੇ ਸੀ, ਉਦੋਂ 20-25 ਦਿਨਾਂ ਬਾਅਦ ਇੱਕ ਟੂਰਨਾਮੈਂਟ ਹੁੰਦਾ ਸੀਗਾ ਜੀ, ਉਦੋਂ ਅਸੀਂ ਫੀਸਾਂ ਫੂਸਾਂ ਦਾ ਜੁਰਮਾਨੇ ਜੁਰਮਾਨੇ ਚੋਂ ਕੱਢ ਕੇ 4-5 ਰੁਪਏ ਬਣਾ ਲੈਂਦੇ ਸੀਗੇ ਐਂਟਰੀ ਫੀਸ ਚੁੱਕੇ। ਹਾਂ ਜੀ ਹਾਂ, ਜਦੋਂ ਅਸੀਂ ਉਦੋਂ ਘਰੋਂ ਤਿਆਰ ਹੋ ਕੇ ਜਾਣਾ ਜੀ, ਰਾਹ 'ਚ ਸਕੂਲੋਂ ਭੱਜਣਾ, ਸਕੂਲੋਂ ਭੱਜਣਾ, ਹਾਂ ਜੀ, ਫਿਰ ਅਸੀਂ ਬੱਸ ਚੜ੍ਹ ਜਾਣਾ, ਉਦੋਂ ਰਾਹ 'ਚ ਉੱਤਰ ਜਾਣਾ ਗਾ ਪਿੱਛੋਂ ਦੀ ਬੱਸ ਦੇ, ਵੀ ਕਿਰਾਏ ਨੀ ਹੈਗੇ ਸਾਡੇ ਕੋਲੇ ਜੀ, ਕਈ ਗੱਲ ਕਰਿਆ ਕਰਿਆ ਨੂੰ ਫਸ ਜਾਂਦੇ, ਫਿਰ ਉਹ ਘੂਰਦੇ ਹੁੰਦੇ ਸੀਗੇ ਜੀ, ਛਿੱਤਰ ਲਾਉਂਦੇ ਸੀਗੇ ਜੀ, ਹਾਂ ਜੀ ਹਾਂ, ਅੱਜ ਦਾ ਕੀ ਲੜਨਾ ਜਿਹਦੇ ਜਵਾਕ ਹੁੰਦੇ ਸੀਗੇ ਜੀ, ਤੇ ਉਦੋਂ ਬਾਅਦ ਨਹੀਂ ਬੱਸ ਵਾਲੇ ਲੜਦੇ ਸੀ ਕਿਰਾਏ ਤੋਂ ਜੀ, ਹਾਂ ਜੀ ਹਾਂ, ਸਾਡੇ ਕੋਲੇ ਹੁੰਦਾ ਨਹੀਂ ਸੀ, ਹਾਂ ਜੀ, ਉਦੋਂ ਬਾਅਦ ਪਤਾ ਗੱਲ ਕੀ ਹੈ, ਟੂਰਨਾਮੈਂਟ ਦੇ ਵਗ ਜਾਂਦੇ ਜੀ,
ਫਿਰ ਉੱਥੇ ਖਿਡਾਰੀ ਕੁੱਟਦੇ ਜੀ। ਉਹ ਕਿਉਂ ਕੁੱਟਦੇ ਜੀ? ਹੁਣ ਮਾੜੇ ਬੰਦੇ ਨੂੰ ਕੁੱਟਦੇ ਨੇ, ਉਹ ਤੋਂ ਪਹਿਲਾਂ ਕਨੈਕਟਰਾਂ ਦੇ ਕੱਟੇ ਹੁੰਦੇ ਆ। ਅੱਛਾ ਜੀ। ਫਿਰ ਉਹ ਤੋਂ ਬਾਅਦ ਟੂਰਨਾਮੈਂਟ ਤੋਂ ਖੇਡ ਕੇ ਆਉਣਾ ਉਹਦੇ ਲੜ ਪਾਉਂਦੇ ਜੀ। ਫਿਰ ਆਉਂਦੇ ਉਹਨੂੰ ਫਿਰ ਸੋਚ ਲੱਗ ਜਾਂਦੀ ਵੀ ਕਿਰਾਏ ਦਾ ਕਿਵੇਂ ਤੁਮ ਕਿਵੇਂ ਚੱਲੀਏ, ਠੀਕ ਰਾਹ ਚ ਵੀ ਲਾਉਂਦੇ ਜੀ ਬਸ। ਫਿਰ ਘਰੇ ਆਉਣਾ, ਘਰੇ ਲੁਕੇ ਰਹਿਣਾ, ਰਾਤ ਤੱਕ ਵੀ ਕਦੋਂ ਕੋ ਪੈਣਗੇ ਘਰ ਦੇ, ਫਿਰ ਜਾਵਾਂਗੇ। ਹਾਂਜੀ, ਹੁਣ ਤੱਕ ਦਰਵਾਜ਼ੇ ਘਰ ਸਾਰੇ ਖੁੱਲ੍ਹੇ ਹੋ ਕੇ ਬੰਦ ਹੋ ਗਏ ਨਾ ਜੀ, ਪਹਿਲਾਂ ਖੁੱਲ੍ਹੇ ਹੁੰਦੇ ਸੀ ਵਿਹੜੇ, ਖੁੱਲ੍ਹੇ ਹੁੰਦੇ ਸੀ ਵਿਹੜੇ, ਖੁੱਲ੍ਹੇ ਹੁੰਦੇ ਸੀ, ਬਾਹਰ ਕੱਢਣ ਦੀ ਲੋੜ ਨਹੀਂ, ਬਾਹਰ ਦੇਖ ਕੇ ਬੈਠੇ ਦੇਖੇ ਜਾਂਦੇ ਵੀ ਸੌਂਗੇ, ਆਪਾਂ ਵੀ ਆ ਕੇ ਮੰਜੇ 'ਤੇ ਪੈ ਜਾਵਾਂਗੇ, ਪੈ ਜਾਵਾਂਗੇ। ਹਾਂ, ਫਿਰ ਜਦੋਂ ਸਵੇਰੇ ਉੱਠਦੇ ਉਹ ਦੇਖਦੇ ਵੀ ਆਹ ਆ ਗਿਆ, ਫਿਰ 70 ਪਲੇਟ ਆਉਂਦੀ, ਫਿਰ ਕੁੱਟਦੇ ਘਰ ਦੇ। ਫਿਰ ਉਦੋਂ ਬਾਅਦ ਜਦੋਂ ਤਿਆਰ ਹੋ ਕੇ ਸਕੂਲ 'ਚ ਜਾਣਾ ਤਾਂ ਫਿਰ ਜਿੱਥੋਂ ਭੱਜੇ ਹੁੰਦੇ ਆ ਸਕੂਲ 'ਚ ਉਹ ਮਾਸਟਰ ਕੁੱਟ ਦਿੰਦੇ ਜੀ। ਪਹਿਲੀ ਵਾਰੀ ਤੁਸੀਂ ਮਤਲਬ ਕਿ ਵਜਨੀ ਮੁਕਾਬਲਿਆਂ ਤੋਂ ਕਿੱਥੋਂ ਸ਼ੁਰੂ ਕੀਤੀ ਕਬੱਡੀ? ਮੈਂ ਪਹਿਲਾਂ ਤਾਂ ਪਿੰਡ 'ਚ ਖੇਡਦੇ ਰਹੇ ਜੀ, ਫਿਰ ਅਸੀਂ ਪਤਾ ਕਿ ਮੈਂ 28 ਕਿਲੋ ਖੇਡਣ ਗਿਆ ਸੀਗਾ ਚਰਨਾਥਲ ਪਿੰਡ ਟੌੜੇ ਲਵੇ ਜੀ, ਚਨਾਥਲ। ਹਾਂ, ਬਹੁਤ ਦੂਰ ਲੱਗਦਾ ਸੀ, ਐਡੀ ਦੂਰ, ਜਿਵੇਂ ਕਹਿੰਦੇ ਆਪਾਂ ਕੈਨੇਡਾ ਅਮੈਰੀਕਾ ਖੇਡਣ ਜਾਣਾ ਗਾ, ਮੈਨੂੰ ਐਡੀ ਦੂਰ ਲੱਗਾ ਵੀ ਇੰਨੀ ਦੂਰ ਖੇਡਣ ਗਿਆ ਸੀ। ਉਦੋਂ ਮੈਂ 28 ਕਿਲੋ ਪਹਿਲੀ ਕਿਲੋ ਜਿੱਤ ਕੇ ਆਏ ਸੀਗੇ ਜੀ ਅਸੀਂ ਜੀ। ਹਾਂ, ਤੋਂ ਮੈਨੂੰ ਥੋੜ੍ਹਾ ਜਿਹਾ ਸ਼ੌਂਕ ਜਿਹਾ ਜਾਗ ਗਿਆ ਹੋਰ ਜੀ। ਫਿਰ ਜਾਗਦੇ ਜਾਗਦੇ 35 ਕਿਲੋ 'ਚ ਖੇਡਣ ਲੱਗ ਗਿਆ, ਫਿਰ ਮੈਂ ਵੱਡੇ ਵੇਟ 'ਚ ਵੀ ਖੇਡਣ ਲੱਗ ਗਿਆ ਜੀ ਜੀ। ਨਾਲ ਦੇ ਮੈਨੂੰ ਜਿਹੜੇ ਸਾਡੇ ਪਿੰਡ ਦੇ ਸੀਗੇ, ਹਾਂਜੀ, ਉਹ ਮੈਨੂੰ ਵੱਡੇ ਵੇਟ 'ਚ ਖੜਾ ਲੈਂਦੇ ਵੀ ਤੂੰ ਆ ਜਾ, ਤੂੰ ਚੱਲ ਜੀ, ਤੂੰ ਕਰੇਂਗਾ ਕੁਛ ਨਾ ਕੁਛ ਤਾਂ ਜੀ, ਵੀ ਤੇਰੇ 'ਚ ਹੈਗਾ ਕੁਛ। ਕਿਹੜੇ ਖਿਡਾਰੀ ਸੀ ਉਹ ਤੁਹਾਡੇ ਪਿੰਡ ਦੇ ਜਿਹੜੇ ਮਤਲਬ ਕਿ ਤੁਹਾਨੂੰ, ਕਿਉਂਕਿ ਉਹਨਾਂ ਦੀ ਸਪੋਰਟ ਮੰਨੀਏ ਵੀ ਜੋ ਤੁਸੀਂ ਛੋਟੇ ਵਜਨ 'ਚ ਖੇਡਦੇ ਸੀ ਤਾਂ ਉਹਨਾਂ ਨੇ ਤੁਹਾਨੂੰ ਅੱਪ ਕੀਤਾ ਵੀ ਤੁਸੀਂ ਹੁਣ ਛੋਟੇ ਇਤਨੀ ਨੂੰ ਸਾਡੇ ਨਾਲ ਆ ਗਏ, ਕਿਉਂਕਿ ਸਾਨੂੰ ਪਤਾ ਹੈ ਤੁਹਾਡੇ 'ਚ ਉਹਨਾਂ ਨੂੰ ਕੁਛ ਨਾ ਕੁਛ ਲੱਗਦਾ ਸੀ ਕਿ ਵੀ ਤੁਸੀਂ ਓਪਨ ਦੇ ਵਿੱਚ ਵੀ ਵਧੀਆ ਖੇਡ ਸਕਦੇ ਹੋ, ਤੇ ਉਹ ਕਿਹੜੇ ਸੀ ਖਿਡਾਰੀ? ਉਹ ਤਾਂ ਇੱਕ ਅਮਰੀਕ ਸੀਗਾ ਸਾਡੇ ਪਿੰਡੋਂ ਹੀ ਕਰਾਚੋ ਤੋਂ ਜੀ, ਅਸਤਾਜ ਨੂੰ ਮੰਨਦੇ ਆ ਜਿਹਨੂੰ ਜੀ, ਹੱਸਿਆ ਇੱਕ ਕੇਸਰ ਬਾਬਾ ਕਹਿੰਦੇ ਆ ਜੀ, ਇੱਕ ਸੁਰਿੰਦਰ ਕੁਮਾਰ ਗੱਗੜਾ ਜੀ, ਇਹਨਾਂ ਨੇ ਬਹੁਤ ਕਬੱਡੀ ਮਾਹੌਲ ਕਰਿਆ ਜੀ ਜੀ। ਤੇ ਕਿੰਨਾ ਸਮਾਂ ਤੁਸੀਂ ਕਬੱਡੀ ਖੇਤਰ ਦੇ ਨਾਲ ਜੁੜੇ ਰਹੇ ਹੋ, ਕਿੰਨੇ ਸਾਲ ਕਬੱਡੀ ਖੇਡੀ ਹੈ ਜੀ? ਕਬੱਡੀ ਖੇਡੀ ਤਾਂ ਮੈਂ 22-23 ਸਾਲ ਆ, ਪਰ ਜੁੜੇ ਹਜੇ ਵੀ ਕਬੱਡੀ ਨਾਲ ਹੈ ਜੀ, ਕਬੱਡੀ ਨਾਲ, ਕਿਉਂਕਿ ਉਹ ਤਾਂ ਕਬੱਡੀ ਤਾਂ ਸਾਹ ਦੇ ਨਾਲੇ ਖਤਮ ਹੋ ਗਈ, ਸਾਹ ਦੇ ਨਾਲੇ, ਕਿਉਂਕਿ ਤੁਹਾਡੀ ਜਿੰਦ ਜਾਨ ਕਬੱਡੀ, ਜਦੋਂ ਤੁਹਾਨੂੰ ਸ਼ੌਂਕ ਸੀ ਘਰਦਿਆਂ ਦੀ ਵੀ ਪਰਵਾਹ ਨਹੀਂ, ਸਕੂਲ ਦੀ ਵੀ ਪਰਵਾਹ ਨਹੀਂ, ਕਬੱਡੀ ਖੇਡਣੀ ਤਾਂ ਖੇਡਣੀ ਹੈ। ਹੋਰ ਕਦੇ ਤਾਂ ਮੇਰਾ ਕੋਈ ਸ਼ੌਂਕ ਪਈ ਨਾ, ਪੜ੍ਹਨ ਕਿੰਨੀ ਜੀ, ਨਾ ਕਬੀਲਦਾਰੀ ਕਿੰਨੀ, ਨਾ ਕੁਝ ਹੋਰ, ਬਸ ਮੇਰਾ ਸ਼ੌਂਕ ਇੱਧਰ ਦੀ ਕਬੱਡੀ ਖੇਡਣ ਦਾ ਵੀ, ਮੈਂ ਰਾਮ ਕੁਮਾਰ ਪੱਪੂ ਬਣ ਗਿਆ ਜੀ, ਰਾਮ ਕੁਮਾਰ ਪੱਪੂ ਬਣ ਗਿਆ, ਕਿਉਂਕਿ ਉਹਨਾਂ ਨੂੰ ਦੇਖ ਕੇ ਉਹ ਤੁਹਾਡੀ ਪ੍ਰੇਰਨਾ ਸਰੋਤ ਬਣੇ ਤੁਹਾਡੇ ਪਿੰਡ 'ਚ। ਮੈਂ ਐਂ ਵੀ ਪਤਾ ਗੱਲ ਕਿਹਾ ਜੀ, ਕਦੇ ਪ੍ਰੀਤੋਂ ਬਣਦਾ ਹੁੰਦਾ, ਕਦੇ ਘੁੱਲੀ ਬਣਦਾ ਹੁੰਦਾ, ਹਜੇ ਆਹ ਸਾਰੇ ਭਾਗ ਖੇਡਦੇ ਪੂਰੇ ਘਰੀ ਬਣਾ ਦੇ ਗਰਾਊਂਡ ਜੀ ਜੀ। ਹਾਂ, ਕੋਈ ਤੁਹਾਡਾ ਘਰ ਦੀ ਟੀਮ ਸੀ? ਹਾਂ ਹਾਂ, ਅਤੇ ਅਸੀਂ ਪ੍ਰੈਕਟਿਸ ਕਰਦੇ ਸੀ, ਕੋਈ ਘੁੱਲੀ ਬਣਦਾ ਹੁੰਦਾ, ਕੋਈ ਪ੍ਰੀਤੋਂ ਬਣਦਾ ਹੁੰਦਾ, ਕੋਈ ਸਾਡੇ ਭਾਨੀਗੜ੍ਹ ਦਾ ਬਿੱਲੀ ਬਣਦਾ ਜੀ, ਉਹ ਬਣਦਾ ਹੁੰਦਾ, ਸਾਡੇ ਪਿੰਡ ਦੇ ਲਾਲੇ ਹੋਰੀ ਨੇ ਪੁਰਾਣੇ ਖਿਡਾਰੀ, ਉਹ ਬਣਦੇ ਹੁੰਦੇ ਜੀ, ਐਂ ਮੇਰਾ ਅਸੀਂ ਖੇਡਦੇ ਹੁੰਦੇ ਸਾਰੇ ਭਾਈ ਇਕੱਠੇ ਹੋ ਕੇ ਜੀ ਜੀ। ਓਪਨ ਦੇ ਵਿੱਚ ਮਤਲਬ ਕਿ ਤੁਸੀਂ ਪਿੰਡ ਦੀ ਟੀਮ ਵੱਲੋਂ ਖੇਡਿਓ ਓਪਨ? ਹਾਂ ਜੀ, ਪਿੰਡ ਵੱਲੋਂ ਵੀ ਖੇਡਿਆ ਜੀ, ਮੈਂ ਬਿਜਲੀ ਬੋਰਡ 'ਚ ਵੀ ਬਹੁਤ ਮੈਚ ਖੇਡਿਆ ਜੀ, ਪੰਜਾਬ ਪੁਲਿਸ ਵੱਲੋਂ ਬਹੁਤ ਮੈਚ ਖੇਡਿਆ, ਮੈਂ ਉੱਥੇ PAP 'ਚ ਰਹਿੰਦਾ ਸੀਗਾ ਜੀ। ਅਤੇ ਤੁਸੀਂ ਮਤਲਬ ਕਿ 20-22 ਸਾਲ ਕਬੱਡੀ ਖੇਡੀ ਹੈ ਜੀ? ਹਾਂ ਜੀ ਹਾਂ। ਤੁਹਾਨੂੰ ਕੋਈ ਔਫਰ ਆਈ ਹੈ ਬਾਹਰ ਦੀ ਜਾਂ ਕਿਸੇ ਵੱਲੋਂ ਕੋਈ? ਨਾ ਜੀ ਨਾ, ਔਫਰ ਤਾਂ ਹੁਣ ਮੈਂ ਕੀ ਕਹਾਂ ਤੁਹਾਨੂੰ, ਔਫਰ ਉਹਨਾਂ ਨੂੰ ਦਿੰਦੇ ਨੇ ਜੀ ਜਿਹੜੇ ਬਸ ਜੀ, ਠੀਕ ਆ। ਮਤਲਬ ਕਿ ਇਸ ਪੱਖੋਂ ਤੁਹਾਨੂੰ ਨਿਰਾਸ਼ਾ ਹੀ ਹੈ ਵੀ ਇੰਨਾ ਸਮਾਂ ਕਬੱਡੀ ਖੇਡੀ ਅਤੇ ਗਰਾਊਂਡਾਂ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਤੁਸੀਂ ਵਸੇ ਅਤੇ ਇਸ ਗੱਲ ਦਾ ਇੱਕ ਗਿਲਾ ਵੀ ਹੈ ਵੀ ਤੁਹਾਡੀ ਕਿਸੇ ਨੇ ਉਸ ਪੱਧਰ ਤੱਕ ਬਾਂਹ ਨਹੀਂ ਫੜੀ ਜਿਸ ਪੱਧਰ ਤੱਕ ਫੜਨੀ ਚਾਹੀਦੀ ਸੀ, ਇੱਕ ਕਬੱਡੀ ਦੇ ਹੀਰੇ ਦੀ ਉਹ ਕਦਰ ਨਹੀਂ ਪਈ ਜੋ ਪੈਣੀ ਚਾਹੀਦੀ ਸੀ, ਤੁਹਾਨੂੰ ਕਿਸੇ ਨੇ ਮਤਲਬ ਕਿ ਬਾਹਰ ਦੀ ਔਫਰ ਨਹੀਂ ਦਿੱਤੀ। ਖਰ ਮਨ ਦੇ ਵਿੱਚ ਗਿਲਾ ਤਾਂ ਹੁੰਦਾ ਹੀ ਹੈ ਜੀ, ਪਰ ਤੁਹਾਡੀ ਜਿਹੜੀ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣੀ ਹੋਈ ਹੈ, ਕਿਉਂਕਿ ਅੱਜ ਵੀ ਜਦੋਂ ਕਿਤੇ ਟੂਰਨਾਮੈਂਟ ਦੇਖਦੇ ਹਾਂ ਜਦੋਂ ਘਰਾਚੋਂ ਦਾ ਜ਼ਿਕਰ ਆਉਂਦਾ ਤਾਂ ਸੋਮੇ ਦਾ ਜ਼ਿਕਰ ਆਟੋਮੈਟਿਕ ਗਰਾਊਂਡਾਂ ਦੇ ਵਿੱਚ ਹਰ ਥਾਂ 'ਤੇ ਹੁੰਦਾ ਜੀ, ਉਹ ਸਿਰਫ ਤੁਹਾਡੀ ਬਦੌਲਤ ਹੈ। ਖੈਰ ਚਲੋ, ਜੋ ਵੀ ਹੋਇਆ ਹੋ ਰਿਹਾ ਤੁਸੀਂ ਕਰ ਰਹੇ ਹੋ, ਅਤੇ ਅੱਜ ਕੱਲ੍ਹ ਤੁਹਾਡੇ ਪਰਿਵਾਰ ਦਾ ਕੀ ਮਤਲਬ ਕਿ ਰੁਜ਼ਗਾਰ ਦਾ ਸਾਧਨ? ਰੁਜ਼ਗਾਰ ਤਾਂ ਜੀ ਦਿਹਾੜੀ ਦਾ ਕਰੀਦਾ ਗਾ, ਦਿਹਾੜੀ ਹੁਣ ਮੈਂ ਮੰਡੀ 'ਚ ਲੱਗਿਆ ਹੋਇਆ ਗਾ, ਦਿਹਾੜੀ ਮੰਡੀ 'ਚ ਪੱਲੇਦਾਰੀ ਕਰਦੇ ਹੋ? ਪੱਲੇਦਾਰੀ ਵੀ ਕਰਦੇ ਹਾਂ ਜੀ, ਝਾੜ ਝੜਈਆ ਵੀ ਕਰਦੇ ਹਾਂ ਜੀ, ਸਾਰਾ ਕੁਛ, ਚਲੋ ਕਣਕ ਪੁਣਕ ਮਿਲ ਜੂਗੀ, ਸਾਲ ਲੰਘ ਜਾਂਦਾ ਜੀ, ਚਲੋ ਬੱਚੇ ਜੀ। ਅਤੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਬਾਰੇ ਔਫਰ ਨਹੀਂ ਆਈ ਜੀ? ਨਾ ਜੀ, ਕੋਈ ਜੀ, ਪਹਿਲਾਂ ਆਈਆਂ ਨੇਗੇ, ਚਲੋ ਕਿਸਮਤ ਲਾ ਲਓ, ਕੋਈ ਮਰਜ਼ੀ ਲਾ ਲਓ ਜੀ ਜੀ। ਚਲੋ, ਮਨ ਦੇ ਵਿੱਚ ਤਾਂ ਫਿਰ ਵੀ ਇਹ ਤਾਂ ਹੁੰਦਾ ਹੀ ਆ ਵੀ ਇੰਨਾ ਨਾਮ ਹੋਵੇ, ਇੰਨਾ ਨਾਮ ਕਮਾਉਣ ਤੋਂ ਬਾਅਦ ਵੀ ਬੰਦਾ ਇੱਕ ਇਹ ਦਿਹਾੜੀ ਕਰੇ ਉਸ ਤਰੀਕੇ ਨਾਲ, ਖੈਰ ਤਾਂ ਚਲੋ ਮਿਹਨਤ ਮਿਹਨਤੀ ਹੈ, ਪਰ ਇੰਨਾ ਕੁਛ ਕਰਕੇ
ਵੀ ਫਿਰ ਵੀ ਬੰਦਾ ਮਤਲਬ ਕਿ ਮੰਡੀਆਂ ਦੇ ਵਿੱਚ ਆਪਾਂ ਰੋਲ ਨਹੀਂ ਕਹਿ ਸਕਦੇ ਹਾਂ, ਮਨ ਦੇ ਵਿੱਚ ਦੁੱਖ ਤਾਂ ਇਸ ਚੀਜ਼ ਦਾ ਰੋਲ ਨਹੀਂ, ਇਹ ਪਤਾ ਗੱਲ ਲੱਗਿਆ ਜੀ ਜਦੋਂ ਪਰਮਾਤਮਾ ਨੂੰ ਜ਼ਿੰਦਗੀ ਦਿੱਤੀ ਹੈ ਤਾਂ ਜ਼ਿੰਦਗੀ ਨਾਲ ਸੰਘਰਸ਼ ਕਰੋ, ਸੰਘਰਸ਼ ਕਰਨਾ ਹੀ ਜ਼ਿੰਦਗੀ ਹੈ, ਸੰਘਰਸ਼ ਕਰਨਾ। ਇਹ ਨਹੀਂ ਵੀ ਆਪਾਂ ਨੇ ਕੁਛ ਨਾ ਕੁਛ ਦੇਣਾ, ਗਾਲ ਭਰਾ ਲੈ ਕੇ ਮਰ ਜਾਓ ਜਾਂ ਮੈਂ ਡਕੜਾਰੀ ਹੋ ਕੇ ਦਿਹਾੜੀ ਕਰਨਾ, ਇਹ ਮੇਰਾ ਪਰਿਵਾਰ ਪਾਲਣ ਦਾ ਮੇਰਾ ਹੱਕ ਬਣਦਾ ਜੀ, ਹੱਕ ਬਣਦਾ ਜੀ। ਮਤਲਬ ਤੁਸੀਂ ਉਸ ਸ਼ਿਕਵੇ ਨੂੰ ਕੱਢ ਕੇ ਫਿਰ ਵੀ ਅੱਜ ਵੀ ਸੰਘਰਸ਼ ਕਰ ਰਹੇ ਹੋ, ਹਿੰਮਤ ਹੈ ਜਿਹੜੀ ਹਾਸਮ ਫਤਿਹ ਨਸੀਬ ਉਹਨਾਂ ਜਿੰਨਾ ਹਿੰਮਤ ਯਾਰ ਬਣਾ, ਹਿੰਮਤ ਨੂੰ ਤੁਸੀਂ ਆਪਣੀ ਮਜ਼ਦੂਰੀ ਨੂੰ ਮਿਹਨਤ ਨੂੰ ਅੱਜ ਵੀ ਤੁਸੀਂ ਤੁਹਾਡਾ ਸਾਰਾ ਕੁਛ ਮੰਨਦੇ ਹੋ। ਔਰ ਅੱਜ ਤੁਹਾਡੇ ਵੇਲੇ ਤਾਂ ਮੇਰੇ ਖਿਆਲ ਵੀ ਕੌਲੀਆਂ ਗਲਾਸ ਇੱਦਾਂ ਦਾ ਕੁਛ ਹੀ ਹੁੰਦਾ ਸੀ, ਉਦੋਂ ਵੀ ਹੁੰਦਾ ਸੀ ਬੈਸਟਾਂ ਵਾਸਤੇ ਕੋਈ ਬੈਸਟ? ਪਹਿਲੀ ਗੱਲ ਭਿੱਖੀ ਰੱਖਿਆ ਸੀਗਾ ਜੀ, ਉਦੋਂ ਹਰਜੀਤ ਬਰਾੜ ਦੇ ਨਾਂ 'ਤੇ ਟਰਾਫੀ ਰੱਖੀ ਸੀ, ਟਰਾਫੀ ਰੱਖੀ ਸੀ ਜੀ। ਹਾਂ ਜੀ ਜੀ, ਉਸ ਟਾਈਮ ਇਹ ਕੋਈ ਆਈਡੀਆ ਜ਼ਿਆਦਾ ਤੁਹਾਡੇ ਕਿਸ ਸੰਨ ਦੀ ਗੱਲ ਹੋ ਸਕਦੀ ਹੈ ਜੀ? ਇਹ 99 ਦੀ ਹੈ ਜੀ ਗੱਲ ਇਹ ਜੀ। ਪਹਿਲੀ ਗੱਲ ਰੱਖਿਆ ਜਦੋਂ ਬੈਸਟ ਰੇਟਰ 'ਤੇ ਟੂਰਨਾਮੈਂਟ ਦੇ ਜਿੱਥੇ ਚੰਗੇ ਪੈਸੇ ਵਧੀਆ 5-4 ਹਜ਼ਾਰ ਰੁਪਇਆ ਹੁੰਦਾ, ਜਿਵੇਂ ਲਾ ਲਓ ਨਾਭਾ, ਧਨੌਲਾ, ਭੀਖੀ, ਬੜੇ ਵਧੀਆ ਟੂਰਨਾਮੈਂਟ ਸੀਗੇ ਇਹਨਾਂ ਦੇ, ਵਧੀਆ 5-4 ਹਜ਼ਾਰ ਰੁਪਇਆ ਹੁੰਦਾ ਸੀਗਾ ਪੂਰਾ ਸੀ ਵੀ ਹੁਣ ਰੱਖ ਦਿੰਦੇ ਸੀ ਵੀ ਜਾਵਾਂਗੇ ਉੱਥੇ ਫਲਾਣੇ ਕਿਤੇ ਵੀ ਉੱਥੇ ਇੰਨੇ ਪੈਸੇ ਲੈ ਕੇ ਆਵਾਂਗੇ ਜੀ, ਜਦੋਂ ਜਿੱਤੇ ਫਲਾਣੇ ਵੀ ਫਲਾਉਣਾ ਕਿਤੇ ਜਿੱਤ ਕੇ ਵਧੀਆ ਪੈਸੇ ਮਿਲਦੇ ਜੀ। ਅਤੇ ਜਦੋਂ ਸ਼ੁਰੂ ਦੇ ਵਿੱਚ ਤਾਂ ਤੁਹਾਨੂੰ ਦਿੱਕਤਾਂ ਆਈਆਂ ਨੇ, ਜਿਵੇਂ ਕਨੈਕਟਰ ਨਾਲ ਲੜਨਾ, ਫਿਰ ਉੱਥੇ ਖਿਡਾਰੀਆਂ ਨਾਲ ਲੜਨਾ, ਘਰੇ ਆ ਕੇ ਬਾਪੂ ਤੋਂ ਭਾਈਆਂ ਤੋਂ ਘਰੇ ਪਰਿਵਾਰ ਕੁੱਟਦਾ, ਉਸ ਤੋਂ ਬਾਅਦ ਮਾਸਟਰ ਕੁੱਟਦੇ, ਅਤੇ ਜਦੋਂ ਤੁਹਾਡਾ ਸਿੱਕਾ ਤੁਹਾਡਾ ਨਾਂ ਚੱਲਿਆ ਫਿਰ ਉਸ ਤੋਂ ਬਾਅਦ ਤੁਹਾਨੂੰ ਸਪੋਰਟ ਹੋਣੀ ਕਰਦੇ? ਫਿਰ ਹਾਂ ਜੀ, ਫਿਰ ਘਰਦੇ ਆਪ ਵੀ ਜਾਂਦੇ ਸੀ ਦੇਖਣ, ਵੀ ਹਾਂ ਨਾਲ ਵੀ ਜਾਂਦੇ ਰਹੇ ਨੇਗੇ, ਰਿਸ਼ਤੇਦਾਰ ਵੀ ਆਉਂਦੇ ਰਹੇ, ਯਾਰ ਮਿੱਤਰ ਵੀ, ਫਿਰ ਟਰਾਲੀਆਂ ਭਰ ਭਰ ਕੇ ਜਾਂਦੇ ਰਹੇ, ਫਿਰ ਤਾਂ ਹੌਸਲਾ ਬਣਦਾ ਜੀ, ਫਿਰ ਤਾਂ ਮਾਣ ਬਹੁਤ ਵੱਡਾ ਉੱਚਾ ਆਉਂਦਾ ਪਿੰਡ ਦਾ, ਜਦੋਂ ਘਰਾਚੂ ਦਾ ਨਾਂ ਆਉਂਦਾ ਤਾਂ ਪਿੰਡ ਦੇ ਲੋਕਾਂ ਨੂੰ, ਪਰਿਵਾਰ ਨੂੰ ਤਾਂ ਹੁਣ ਹੀ ਹੋਣਾ ਆਉਂਦਾ, ਪਿੰਡ ਨੂੰ, ਸ਼ਰੀਕੇ ਨੂੰ, ਰਿਸ਼ਤੇਦਾਰਾਂ ਨੂੰ, ਹੋਰ ਵੀ ਬਹੁਤ ਵੱਡਾ ਮਾਣ ਮਹਿਸੂਸ ਹੁੰਦਾ ਵੀ ਸਾਡੇ ਪਿੰਡ ਦਾ ਵੀ ਖਿਡਾਰੀ ਹੈ ਜਿਹੜਾ ਬਹੁਤ ਵਧੀਆ ਖੇਡਦਾ। ਅਤੇ ਓਪਨ ਦੀ ਟੀਮ ਦੇ ਵਿੱਚ ਤੁਸੀਂ ਪਿੰਡ ਦੇ ਕਿਹੜੇ ਕਿਹੜੇ ਖਿਡਾਰੀ ਸੀ? ਪਿੰਡ ਦੇ ਵਿੱਚ ਜਿਵੇਂ ਦਰਸ਼ਨ ਬੱਚੀ ਕਹਿੰਦੇ ਨੇ ਜਿਹਨੂੰ, ਜੀ ਦਰਸ਼ਨ ਬੱਚੀ, ਝੰਡਾ ਬਹੁਤ ਅੱਗਾ ਮੁੰਡਾ ਕਬੱਡੀ ਖਿਡਾਰੀ ਰਿਹਾ ਜੀ, ਜੀ ਕਸ਼ਮੀਰਾ ਹੋ ਗਿਆ, ਇੱਕ ਮੇਰੇ ਚਾਚੇ ਦਾ ਮੁੰਡਾ, ਹਾਂਜੀ ਹਾਂਜੀ, ਇੱਕ ਬਿੰਦਰਮ ਦਾ ਸੀਗਾ ਮੇਰਾ ਘਰਾਚੋਂ ਦੀ ਜੀ, ਅਤੇ ਸਾਡੀ ਪਿੰਡ ਦੀ ਟੀਮ ਪੂਰੀ ਵਧੀਆ ਸੀਗਾ ਜੀ, ਜਿਹਦੇ ਵਿੱਚ ਅਸੀਂ ਕਿਹਾ 90 ਮੈਚ ਉਹਦੀ ਪਾਕਿਸਤਾਨ ਨਾਲ ਸਾਡਾ ਜੀ 99 'ਚ ਜੀ, ਜਿਹਦੇ ਵਿੱਚ ਅਸੀਂ 5 ਬੰਦੇ ਸਾਡੇ ਪਿੰਡ ਪਿੰਡ ਦੇ ਖੇਡੇ ਸੀਗੇ। ਇਹ ਵੀ ਇੱਕ ਰਿਕਾਰਡ ਹੈ ਵੀ 1999 ਦੇ ਵਿੱਚ ਦਿੜਬੇ ਦੇ ਕਬੱਡੀ ਕੱਪ 'ਤੇ ਪਾਕਿਸਤਾਨ ਦੇ ਨਾਲ ਭਾਰਤ ਦਾ ਮੈਚ ਹੋਇਆ, ਅਤੇ ਉਹਦੇ ਵਿੱਚ 5 ਖਿਡਾਰੀ ਸੀ ਜਿਹੜੇ ਇਕੱਲੇ ਘਰਾਚੋਂ ਦੇ ਸੀ, ਘਰਾਚੋਂ ਦੇ ਸੀ ਜੀ। ਕਿਹੜੇ ਕਿਹੜੇ ਸੀ? ਜਿਵੇਂ ਦਰਸ਼ਨ ਬੱਚੀ ਹੋ ਗਿਆ, ਦਰਸ਼ਨ ਬੱਚੀ ਘਰਾਚੋਂ ਜੀ, ਅਤੇ ਝੰਡਾ ਹੋ ਗਿਆ ਜੀ, ਕਸ਼ਮੀਰਾ ਅਤੇ ਬਿੰਦਰ ਕਮਾਏ, ਉਹ ਵੀ ਇੱਕ ਯਾਦਗਾਰੀ ਮੈਚ ਬਣ ਗਿਆ। ਉਹਦਾ ਫਰਕ ਵੀ ਬਹੁਤ ਪਿਆ ਜੀ ਟੂਰਨਾਮੈਂਟ ਦਾ ਜੀ, ਜਿਵੇਂ ਆਪਣੇ ਮੈਚ ਇੱਥੇ ਲੱਗਦੇ ਆ ਅਤੇ ਸਾਡੇ ਹੈਗੇ 55 ਇਹਨਾਂ ਦੇ 22 ਨੰਬਰ 'ਤੇ ਜੀ, 22 ਨੰਬਰ ਜੀ। ਉਦੋਂ ਬਾਅਦ ਮੈਨੂੰ ਇਹੀ ਟੂਰਨਾਮੈਂਟ ਦੇਖ ਕੇ ਮੇਰਾ ਫਿਰ 300 ਸਾਲਾਂ ਗੁਰੂ ਮਨੋ ਗ੍ਰੰਥ 300 ਸਾਲਾਂ ਮਨਾਇਆ ਸੀਗਾ ਜੀ ਜੀ, ਉਦੋਂ 5 ਲੜੀ ਟੂਰਨਾਮੈਂਟ ਕਰਵਾਇਆ ਸੀਗਾ ਪਾਕਿਸਤਾਨ ਅਤੇ ਇੰਡੀਆ ਦਾ ਮੈਚ ਜੀ। ਇਹ ਟੂਰਨਾਮੈਂਟ ਦੇਖ ਕੇ ਮੈਨੂੰ ਬਲਜਿੰਦਰ ਸਿੰਘ ਹੈ ਉਹ ਫਿਰ ਬਹਾਦਰ ਪਿੰਡ ਲੈ ਕੇ ਗਿਆ ਜੀ, ਫਿਰ ਉੱਥੇ ਮੈਂ ਖੇਡਿਆ, ਉੱਥੇ ਮੈਂ ਕਨੇਡਾ ਪਈਆਂ ਅਤੇ ਕੋਈ ਜਫਨ ਨਾ ਜੀ, ਜਿਹਨੂੰ ਵੀ ਮੈਂ 2-3 ਮੈਚ ਖੇਡੇ ਨਾਲ ਮੈਂ ਕਿਰਪਾ ਰਿਹਾ ਪਰਮਾਤਮਾ ਦੀ ਵੀ ਆਪਣੀ ਟੀਮ ਦੇ ਵੱਲੋਂ, ਚਾਹੇ ਇੰਡੀਆ ਦੀ ਟੀਮ ਹੈ ਤੇ ਚਾਹੇ ਅਸੀਂ ਕਲੱਬ ਦੀ ਟੀਮ ਲਾਈਏ ਤਾਂ ਅਸੀਂ ਸੋਮੇ ਘਰਾਚੋਂ ਨੂੰ ਖਿਡਾਈਏ। ਸੋ ਉਸ ਟਾਈਮ ਤੇ ਚਲੋ ਇਨਾਮ ਘੱਟ ਸੀ, ਤੁਸੀਂ ਬਹੁਤ ਮਤਲਬ ਕਿ ਮਿਹਨਤ ਕੀਤੀ ਹੈ, ਸੰਘਰਸ਼ ਕੀਤਾ, ਸੋ ਅੱਜ ਜਿਹੜਾ ਹੁਣ ਦੇਖੀਏ ਪਹਿਲਾਂ ਦੇ ਮੁਕਾਬਲੇ ਕਬੱਡੀ ਦੇ ਵਿੱਚ ਇਨਾਮ ਬਹੁਤ ਵੱਡੇ ਹੋ ਗਏ, ਇਹਨਾਂ ਬਾਰੇ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਕਹਿੰਦੇ ਜੀ ਠੀਕ ਆ ਜੀ, ਕਲੱਬ ਵਾਲਿਆਂ ਨੂੰ ਕਹਿੰਦਾ ਵੀ ਇਨਾਮ ਸ਼ੱਕ ਇਹਦੋਂ ਵੱਧ ਰੱਖੋ, ਪਤਾ ਗੱਲ ਕੀ ਆ ਜੀ, ਵੀ ਜਿਹੜੇ ਛੋਟੇ ਖਿਡਾਰੀ ਨੇ ਜੀ ਉਹਨਾਂ ਬਾਰੇ ਵੀ ਸੋਚੋ ਕੁਛ ਜੀ, ਬਿਲਕੁਲ ਜੀ, ਪਤਾ ਗੱਲ ਕਿ ਇੱਕ ਪਾਸੇ ਤਾਂ ਪੈਸੇ ਇਕੱਠੇ ਕਰਦੇ ਹੋ, ਇੱਕ ਬੰਦੇ ਨੂੰ ਦੇਈ ਜਾਂਦੇ ਹੋ ਜੀ, ਕਿਰਾਇਆ ਵੀ ਦਿੰਦੇ ਹੋ ਜੀ, ਤੇ ਖਾਣ ਪੀਣ ਨੂੰ ਵੀ ਖਰਚਾ ਦਿੰਦੇ ਉਹਨਾਂ ਨੂੰ ਜੀ, ਮਤਲਬ ਕਹਿਣ ਦਾ ਮਤਲਬ ਛੋਟਾ ਖਿਡਾਰੀ ਆ ਉਹਨੂੰ ਐਂਟਰੀ ਵੀ ਨਹੀਂ ਵਾਪਸ ਕਰਦੇ ਹੈਗੇ, ਐਂਟਰੀ ਵਾਪਸ ਨਹੀਂ ਕਰਦੇ, ਇਹਨਾਂ ਹੱਕ ਬਣਦਾ ਵੀ ਸਾਰੇ ਪੈਸੇ, ਪਤਾ ਗੱਲ ਕੀ ਆ ਜਿਵੇਂ ਵੱਡਾ ਨਿਯਮ ਰੱਖਦੇ ਨੇ ਨਿਯਮ ਘੱਟ ਕਰ ਦੇਣਾ ਵੀ ਪਤਾ ਗੱਲ ਕਿ ਖਰਚਾ ਪਾਣੀ ਸ਼ਹਿਰ ਨੂੰ ਦੇਣਾ ਤਾਂ ਕਿ ਜਿਹੜੇ ਹੋਰ ਖਿਡਾਰੀ ਨੇ ਉਹ ਵੀ ਪੈਦਾ ਹੋਣ, ਕਿਉਂਕਿ ਜਿਹੜਾ ਤਕੜਾ ਉਹਦਾ ਤਕੜਾ ਹੈਗਾ ਹੀ ਹੈ, ਕਿਉਂਕਿ ਛੋਟੇ ਪਿੰਡ ਪੱਧਰ ਦੀ ਕਬੱਡੀ ਤੋਂ ਛੋਟੇ ਖਿਡਾਰੀ ਜੇ ਪੈਦਾ ਹੋਣਗੇ ਤਾਂ ਹੀ ਆ ਵੀ ਉਹਨਾਂ ਦੀ ਸਪੋਰਟ ਹੈ ਜਿਹੜੀ, ਇਹ ਵੀ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਸਿੱਖ ਬਾਤ ਜ਼ਰੂਰ ਹੈ ਵੀ ਮੈਂ ਅਸੀਂ ਤੁਸੀਂ ਇਹ ਨਹੀਂ ਕਹਿ ਰਹੇ ਵੀ ਕਿ ਇਨਾਮ ਵੱਡੇ ਰੱਖਣ, ਜ਼ਰੂਰ ਰੱਖਣ, ਪਰ
ਜਿਹੜੇ ਛੋਟੇ ਖਿਡਾਰੀ ਨੇ ਉਹਨਾਂ ਨੂੰ ਵੀ ਉੱਪਰ ਚੱਕਣਾ, ਉਹ ਤਾਂ ਹੀ ਪੈਦਾ ਮਤਲਬ ਵਧੀਆ ਹੌਸਲਾ ਮਿਲੂਗਾ ਉਹਨਾਂ ਨੂੰ ਜੇ ਉਹਨਾਂ ਨੂੰ ਖਰਚਾ ਤਾਂ ਨਹੀਂ ਮਿਲਦਾ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਹੋਰ ਕੋਈ ਜਾਂਦੇ ਹੋਏ ਅੱਜ ਦੇ ਖਿਡਾਰੀਆਂ ਨੂੰ ਕੋਈ ਸੰਦੇਸ਼ ਦੇਣਾ ਆਖਰ ਦੇ ਵਿੱਚ ਕੀ ਕਹਿਣਾ ਚਾਹੋ? ਮੈਂ ਤਾਂ ਇਹ ਕਹਿੰਦਾ ਵੀ ਮਿਹਨਤ ਕਰਨ ਜੀ, ਪ੍ਰੈਕਟਿਸ ਕਰਨ, ਖੁਰਾਕ ਖਾਣ, ਦੇਸੀ ਦੇਸੀ ਖੁਰਾਕ। ਹਾਂਜੀ ਹਾਂ ਜੀ, ਬਸ ਮੈਨੂੰ ਇਹੀ ਇਹਨਾਂ ਨੂੰ ਸਲਾਹ ਦੇਣੀ ਆ। ਬਾਕੀ ਬਚਣਾ ਕਿਸੇ ਦੇ ਹੱਥਾਂ ਦੇ ਚੜ੍ਹਨ ਜੀ, ਆਪ ਕਬੱਡੀ ਕਰਨ ਖੇਡਣ ਜੀ, ਕੱਚੇ ਕੋਚਾਂ ਦੇ ਹੱਥ ਨਾਲ ਲੱਗਾ, ਚੰਗੇ ਕੋਚਾਂ ਨੂੰ ਜੀ ਵਧੀਆ ਕੋਚ ਮੰਨ ਕੇ ਆਪਣੀ ਪ੍ਰੈਕਟਿਸ ਕਰਨ ਜੀ। ਤਾਕੜੇ ਆ, ਪੈਸਿਆਂ ਚ ਵੀ ਬਥੇਰੇ ਤਾਕੜੇ ਰਹੇ ਨੇ ਜੀ, ਭਲਵਾਨੀ ਚ ਵੀ ਤਾਕੜੇ ਰਹੇ ਨੇ, ਜਿਹਨੂੰ ਕੋਈ ਨਾਂ ਹੀ ਨੀ ਲੈਂਦੇ ਹੈਗੇ। ਜੇ ਕੋਈ ਬੰਦਾ ਇਨਸਾਨ ਚੰਗਾ ਕਿਸੇ ਨੂੰ ਦੂਜੇ ਨੂੰ ਹੱਥ ਕੇ ਬੁਲਾਊਗਾ, ਬਿਲਕੁਲ ਦੇਖੋ ਦੁਨੀਆ ਕਮਾਉਂਦੀਆਂ, ਨਾਮ ਵੀ ਬਣਾਇਆ ਜਾਂਦਾ ਸਾਰਾ ਕੁਛ, ਪਰ ਸਭ ਤੋਂ ਪਹਿਲਾਂ ਇਨਸਾਨ, ਇੱਕ ਚੰਗਾ ਇਨਸਾਨ ਬਣਨਾ ਜ਼ਰੂਰੀ ਹੈ ਜੀ। ਉਹ ਜ਼ਰੂਰੀ ਹੈ ਜੀ, ਬਿਲਕੁਲ ਉਹ ਹਰ ਇੱਕ ਵਾਸਤੇ ਜ਼ਰੂਰੀ ਹੈ ਵੀ ਕਿਸੇ ਵੀ ਖੇਡ ਦੇ ਵਿੱਚ ਆਪਾਂ ਨੇ ਅੱਗੇ ਆਉਣਾ ਤਾਂ ਸਭ ਤੋਂ ਪਹਿਲਾਂ ਇੱਕ ਵਧੀਆ ਇਨਸਾਨ। ਹਰੇਕ ਖਿਡਾਰੀ ਨੂੰ ਹਰੇਕ ਦਰਸ਼ਕ ਨੂੰ ਮੈਂ ਇਹੀ ਕਹਿੰਦਾ ਵੀ ਇਨਸਾਨ ਬਣੋ ਪਹਿਲਾਂ, ਸਾਨੂੰ ਚੰਗਾ ਜੀ, ਦੂਜੇ ਦੀ ਮਦਦ ਕਰੋ ਜੀ, ਸਾਨੂੰ ਬੁੱਧੀ ਉਮਰ ਜੀ। ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸੋ ਅਸੀਂ ਵੀ ਬੇਨਤੀ ਕਰਾਂਗੇ ਸਾਡੇ ਜਿੰਨੇ ਵੀ ਦਰਸ਼ਕ ਵੀ ਦੇਖਦੇ ਨੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੀਏ ਤਾਂ ਕਿ ਇੱਕ ਸਾਡੀ ਕਬੱਡੀ ਦਾ ਇੱਕ ਉਹ ਅਨਮੋਲ ਹੀਰਾ ਜਿਨ੍ਹਾਂ ਨੇ 20-22 ਸਾਲ ਗਰਾਊਂਡਾਂ ਦੇ ਵਿੱਚ ਰਾਜ ਕੀਤਾ, ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ, ਅੱਜ ਵੀ ਗਰਾਊਂਡਾਂ ਦੇ ਵਿੱਚ ਜਿਨ੍ਹਾਂ ਦਾ ਨਾਮ ਚੱਲਦਾ ਹੈ, ਜੋ ਅੱਜ ਇੱਕ ਪੱਲੇਦਾਰੀ ਮਜ਼ਦੂਰੀ ਕਰਨ ਕੇ ਆਪਣੇ ਪੇਟ ਦਾ ਜੋ ਗੁਜ਼ਾਰਾ ਕਰ ਰਹੇ ਨੇ, ਆਪਣੇ ਘਰ ਦਾ ਗੁਜ਼ਾਰਾ ਜੋ ਕਰ ਰਹੇ ਨੇ ਇੱਕ ਮਜ਼ਦੂਰੀ ਕਰਕੇ, ਸੋ ਕਿਸੇ ਨਾ ਕਿਸੇ NRI ਵੀਰ ਕਿਸੇ ਨਾ ਕਿਸੇ ਦੇ ਜ਼ਰੂਰ ਇਹਨਾਂ ਵੱਲ ਨਿਗਾਹ ਆਵੇ ਤਾਂ ਕਿ ਇਹ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਹੈ ਹੋਰ ਸਹੀ ਤਰੀਕੇ ਨਾਲ ਕਰਨ, ਕੋਈ ਨਾ ਕੋਈ ਇਹਨਾਂ ਦੀ ਵੀ ਆ ਕੇ ਬਾਂਹ ਫੜੇ। ਸੋ